ਆਪਣੇ ਇਲਾਕੇ ਦੇ ਨੇ ਤੇ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਗਾਇਕ ਜੋੜੀ ਪੇਸ਼ ਕਰਨ ਜਾ ਰਹੀ ਹਾਂ। ਮੈਂ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਦਰਬਾਰ ਗਰੁੱਪ ਕੋਲੋਂ ਕਿ ਬਸ ਮੈਂ ਉਹਨਾਂ ਦੀ ਵਾਰੀ ਛੇਤੀ। ਇਹ ਇੱਕ ਬੜੀ ਪਿਆਰੀ ਗਾਇਕ ਜੋੜੀ ਹੈ, ਹਰਪਾਲ ਠੱਠੇਵਾਲ ਤੇ ਬੀਬੀ ਕਮਲਜੀਤ ਕਮਲ। ਇਹ ਗਾਇਕ ਜੋੜੀ ਤੁਹਾਡੇ ਰੂਬਰੂ ਹੋਣ ਜਾ ਰਹੀ ਹੈ ਠੱਠੇਵਾਲ। ਮੇਰੀ ਪ੍ਰਬੰਧਕਾਂ ਨੂੰ ਗੁਜ਼ਾਰਿਸ਼ ਹੈ ਕਿ ਮੰਚ ਜਰਾ ਖਾਲੀ ਕਰਵਾ ਦੇਣ। ਸਟੇਜ ਤੇ ਜਿੰਨੇ ਬੰਦੇ ਫਾਲਤੂ ਨੇ ਉਹਨਾਂ ਨੂੰ ਨੀਚੇ ਬਿਠਾਇਆ ਜਾਵੇ ਸਰੋਤਿਆਂ ਦੇ ਰੂਪ ਵਿੱਚ। ਤੇ ਆ ਜੋੜੀ ਤੁਹਾਡੇ ਅੱਗੇ ਹਰਪਾਲ ਠੱਠੇ ਵਾਲਾ ਤੇ ਬੀਬੀ ਕਮਲਜੀਤ ਕੌਰ ਕਮਲ। ਭੈਣ ਜੀ ਦੀਵਾਲੀ
कुछ है जी, बहुत कुछ नहीं। लो पेश कर लगे हैं अपने सरदार अमर सिंह सौंपी जी। अज भी अमर ने, अज भी वह अमर ने जो ढाडी सी, अज भी अमर ने। मैं उन्होंने बारे एक बार पेश कर लगे जो मत्थे रंगर ने दरबार साहब जाके प्रस्तुतियां कीतियां, वह मैं वार सुनाने लग्या। मेहरबानी करके सुन की कृपा करनी। इस वार के बाद साड़ी समाप्ति है। असीं ताडे प्रबंधकां का, चौंकी मेले वाले प्रबंधकों का तहे दिलों धन्यवाद करते हैं। हरदाल छड़े वाले नीवा कह के थले उतार देना। एक वार पेश कर लगे, ताड़ी मार दो। थैंक यू, धन्यवाद। मेरी कवल जी जी प्रबंधकों की सौ लगे जे तुम आराम गीतना सुन जा। पता की है गीतों के कुछ हों, गीत सुन वास्ते कई कुछ लगता है। तुम सारी चीजें सुना के जावे, कला कसूरा टुटिया टुटिया भी हाण दिया, मैंने कुड़िया मेहने मार दिया, मेरा यार शराब रहा, सारी चीजें सुना के जावे। मैं पहला बार पेश कर लगे हैं, बार संघ कृपा करनी। अभी सारे प्रबंधकों का धन्यवाद करते हैं। अपने भाजी का चौकी साहब के लड़के बड़े लड़के उन्हों का तय दिलों धन्यवाद करते हैं। भाजी के सपाल का आए अफसर का सुनना जरा।
ਤੱਤਾ ਚਲਾ ਕੇ ਸਾਰੇ ਜਣੇ ਚਲੇ ਗਏ ਠੀਕ ਹੈ ਹੁਣ ਤੁਹਾਡੀ ਪਰਮੈਸ਼ਾ ਦੇ ਗੀਤ ਪੇਸ਼ ਕਰ ਲੱਗੇ ਆ ਮੈਨੂੰ ਕੁੜੀਆਂ ਮੇਰੇ ਮਾਰਦੀਆਂ ਤੇਰਾ ਯਾਰ ਬੜਾ ਤਨ ਰਹਿੰਦਾ ਅੰਬਲ ਦਾ ਰੌਲਾ ਰੱਪਾ ਕਿਉਂਕਿ ਗੀਤ ਸੁਣ ਕੇ ਫਿਰ ਆਪਾਂ ਤਾੜੀ ਵੀ ਮਾਰਨੀ ਆ ਨੱਚਣਾ ਵੀ ਆ ਖੁਸ਼ੀ ਵੀ ਮਨਾਉਣੀ ਆ ਸਾਰੇ ਕੁਛ ਕਰਨਾ ਹਾਂ ਲੋਕੇਸ਼ ਕਰ ਲੱਗੇ ਸੰਤ ਕਿਰਪਾ ਕਰਨੀ ਸਾਡੀ ਵਾਰੀ ਸਾਊਂਡ ਨੂੰ ਕੀ ਕਰ ਦਿੱਤਾ ਯਾਰ ਅਸੀਂ ਕੋਈ ਗੁੱਸੇ ਹੋ ਗਿਆ ਸਾਡੇ ਨਾਲ ਇੱਥੇ ਸਾਨੂੰ ਲੱਭਦਾ ਹੀ ਕੁਛ ਨੀ ਸੁਣਦਾ ਹੀ ਕੁਛ ਨੀ ਇੱਥੇ ਇੱਕ ਮੈਕ ਉੱਪਰ ਲਾ ਦੇ ਸਾਨੂੰ ਬਾਕਸ ਲਾ ਦੇ ਇੱਕ ਉੱਪਰ ਸਾਨੂੰ ਪਤਾ ਨੀ ਲੱਗਿਆ ਕਿਹੜਾ ਕਲਾਕਾਰ ਆਪ ਆਪਣੀ ਸਾਊਂਡ ਲੈ ਕੇ ਗਾ ਕੇ ਘਰਾਂ ਨੂੰ ਚਲੇ ਗਏ ਮੈਂ ਪੇਸ਼ ਕਰ ਲੱਗਿਆ ਮੈਨੂੰ ਕੁੜੀਆਂ ਮੇਰੇ ਮਾਰਦੀਆਂ ਤੇਰਾ ਯਾਰ ਸ਼ਰਾਬੀ ਰਹਿੰਦਾ ਸੰਤ ਕਿਰਪਾ ਕਰਨੀ ਬਹੁਤ ਵਧੀਆ ਗੀਤ ਹੈ ਤੁਹਾਡੇ ਇਲਾਕੇ ਦੇ ਰਾਈਟਰ ਆ ਪੱਪੂ ਸਰਹਾਰੇ ਵਾਲਾ ਪੱਪੂ ਕਾਲੇ ਵਾਲੇ ਵਾਲਾ ਆ ਤੁਹਾਡੇ ਇਲਾਕੇ ਦਾ ਰਾਈਟਰ ਆ ਬਹੁਤ ਵਧੀਆ ਗੀਤ ਦਿੱਤਾ ਜੋ ਕਿ ਤੁਸੀਂ ਏਡੀਅਨ ਗੀਤ ਤੋਂ ਸੁਣੋਗੇ ਆਪਣੇ ਦੂਰ ਦਰਸ਼ਨ ਤੋਂ ਸੁਣੋਗੇ ਉਹ ਗੀਤ ਪੇਸ਼ ਕਰ ਲੱਗੇ ਆ ਸੰਤ ਕਿਰਪਾ ਕਰਨ Yeah.
ਆਪਣਾ ਕਿਸੇ ਦਾ ਹੋਰ ਦਾ ਨਹੀਂ ਹੈਗਾ। ਅਸੀਂ ਇਸ ਪ੍ਰੋਗਰਾਮ ਦੇ ਵਿੱਚੋਂ ਬਾਕੀ ਇੱਜ਼ਤ ਬਣਾਉਣੀ ਆ। ਇਹ ਪ੍ਰੋਗਰਾਮ ਸਾਰਾ ਰੇਡੀਓ, ਟੈਲੀਵਿਜ਼ਨ ਤੇ ਏਟੀਐਮ ਤੇ ਬਾਕੀ ਸਾਰੇ ਤੇ ਹੋਣਾ। ਕੀ ਜੇ ਜੋਤ ਲਿਆਣੀ ਦਾ ਤੇ ਕੰਪਨੀ ਦਾ ਤੁਸੀਂ ਗੱਲ ਸਮਝ ਜਾਂਦੇ। ਬੇਨਤੀ ਆ ਸਾਰੇ ਹੱਥ ਉੱਤੇ ਖੜੀਆਂ ਤਕਰੀਆਂ ਕਰ। ਹੈਲੋ ਤੋਂ ਬੈਠੋ ਸਾਰੇ, ਕਿਤੇ ਆਉਣ ਜਾਣ ਦੀ ਆਲੇ ਵਾਲੇ ਹਿੱਲਣ ਦੀ ਕੋਈ ਲੋੜ ਨਹੀਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਰਬ ਜੀ ਸੀਮਾ ਪਹੁੰਚ ਚੁੱਕੇ ਨੇ। ਥੋੜੀ ਦੇਰ ਬਾਅਦ ਰੂਬਰੂ ਹੋਣਗੇ। ਕਲਾਕਾਰ ਸਾਡੇ ਕੋਲ ਬਹੁਤ ਨੇ, ਪਰ ਮੈਂ ਆਪਣੇ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਹਾਡੀਆਂ ਰਗਾਂ ਦੇ ਵਿੱਚ ਵੀ ਉਹੀ ਖੂਨ ਹੈ, ਤੁਹਾਡੀਆਂ ਰਗਾਂ ਵਿੱਚ ਵੀ ਉਹੀ ਲਹੂ ਹੈ। ਉਹਨਾਂ ਗੁਰੂਆਂ ਦਾ, ਉਹਨਾਂ ਪੀਰਾਂ ਦਾ ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਸੀ ਨਹੀਂ ਕੀਤੀ, ਜਿਨ੍ਹਾਂ ਨੇ ਬੰਦ ਬੰਦ ਲਹਾਏ, ਤੇ ਤੁਸੀਂ ਨਿੱਕੀ ਜੀ ਗੱਲ ਤੇ ਉੱਠ ਕੇ ਖਲੋ ਜਾਂਦੇ ਹੋ। ਬੇਨਤੀ ਹੈ ਹੱਥ ਜੋੜ ਕੇ ਆਪੋ ਆਪਣੀ ਜਗ੍ਹਾ ਤੇ ਬੈਠ ਜਾਓ। ਇਸ ਤੋਂ ਪਹਿਲਾਂ ਕਿ ਮੈਂ ਦਿਲਦਾਰ ਗਰੁੱਪ ਨੂੰ ਤੁਹਾਡੇ ਰੂਬਰੂ ਕਰਾਂ, ਸਿਰਫ ਇੱਕ ਗੀਤ ਲੈ ਕੇ ਚੱਲਾਂ ਵੇ ਤੇਰੀ ਚਾਨਣੀ ਅਸਾ ਨਹੀਂ ਉਹ ਮਾਨਣੀ। ਇਸ ਗੀਤ ਦੇ ਨਾਲ ਹਰਮਨ ਪਿਆਰਾ ਹੋਇਆ, ਸਾਫ਼ ਸੁਥਰੀ ਗਾਇਕੀ ਵਾਲਾ ਬੜਾ ਹੀ ਸੁਰੀਲਾ ਗਾਇਕ ਜਸਵੀਰ।